आ फोटो दे विच जो तुसीं देख रहे हो अमरूद दे बूटे नूं चिट्टा चिट्टा जिहा लगा, ये कोई उल्ली नहीं है जी, इहनूं मिली बग कहिंदे ने, रस चूसण वाले कीड़े हुंदे ने। तो ये समस्या बहुत ज़्यादा आउंदी आ। हुण इहदा समाधान किवें करना है जी, वह मैं दसूँगा। वीडियो शेयर जरूर कर दिओ, तो जिथे ये समस्या तुहाडे आ रही है जी, तुसीं पहली तो कोशिश ये करो कि तेज़ पानी दे नाल प्रैशर दे नाल उस बूटे नूं चंगी तरह साफ कर दो, काफ़ी हद तक ये घट जाता है। जे उहदे नाल तुहाडा कंट्रोल ये नहीं आ रहा ਤਾਂ ਤੁਸੀਂ ਕੋਈ ਵੀ ਰਸ ਚੂਸਣ ਵਾਲੀ ਸਪਰੇਅ ਲੈ ਸਕਦੇ ਹੋ, ਮੱਛਰ ਤੇਲੇ ਵਾਲੀ ਸਪਰੇਅ ਲੈ ਸਕਦੇ ਹੋ, ਜਾਂ ਨਿੰਮ ਦਾ ਤੇਲ ਲੈ ਸਕਦੇ ਹੋ ਜੀ। ਨਿੰਮ ਦਾ ਤੇਲ 10 ml 1 ਲੀਟਰ ਪਾਣੀ 'ਚ ਪਾ ਕੇ ਉਹਦੀਆਂ ਵੀ 2-3 ਸਪਰੇਆਂ ਕਰ ਸਕਦੇ ਹੋ। ਜੇ ਕਿਤੋਂ ਵੀ ਕੰਟਰੋਲ ਨਾ ਆਵੇ ਤਾਂ ਸਕਰੀਨ 'ਤੇ ਦਿੱਤਾ ਟੈਕਨੀਕਲ ਹੈਗਾ ਡਾਇਫੈਂਥਰਿਨ, ਇਹਦੀ ਇੱਕ ਪੁੜੀ ਜੀ ਆਉਂਦੀ ਹੈ ਜੀ ਬਾਜ਼ਾਰ 'ਚੋਂ, ਤੁਸੀਂ ਖਰੀਦ ਸਕਦੇ ਹੋ ਅਤੇ ਉਹਦੀ ਤੁਸੀਂ 20 ਲੀਟਰ ਪਾਣੀ 'ਚ ਪਾ ਕੇ ਸਪਰੇਅ ਕਰ ਸਕਦੇ ਹੋ, ਜਿੰਨੀ ਵੀ ਤੁਸੀਂ ਵਰਤਣੀ ਉਹ 'ਚੋਂ ਵਰਤ ਸਕਦੇ ਹੋ, ਬਾਕੀ ਅੱਗੇ ਲਈ ਤੁਸੀਂ ਰੱਖ ਸਕਦੇ ਹੋ। ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਜੀ।